सरकार मुर्दाबाद, बिजली महकमा मुर्दाबाद, बिजली महकमा मुर्दाबाद, बिजली महकमा मुर्दाबाद, बिजली महकमा मुर्दाबाद, किसान दुनिया ना जिंदाबाद। चोर भी क्या बड़ा कुछ क्या बिजली पर सारा चोरा भी है ये कोई बात नहीं ਕੱਲਣ ਨੇ ਦੀ ਜੀ ਦਸਤੀ ਨੂੰ ਮੇਰਾ 4.5 ਕੋਲ ਅਸੀਂ ਸਹਿਮਤ ਆ ਜੀ ਇਹ ਗੱਲ ਨਾਲ ਕੁਦਰਤ ਨਾਲ ਆ ਕੇ ਅਸੀਂ ਜਗਵਿੰਦਰ ਸਿੰਘ ਜੀ ਇਹ ਕੀ ਮਸਲਾ ਅੱਜ ਇਹ ਲਾਈਟ ਬਾਰੇ ਜੀ ਲਾਈਟ ਕੁਦਰਤ ਦੀ ਕਰੋਪੀ ਨਾਲ ਖੰਭੇ ਟੁੱਟ ਗਏ ਜੀ ਅਸੀਂ ਆਪਣਾ ਭਾਈ ਚਾਰ ਤਾਰਾ ਲਾ ਕੇ ਜੀ ਭਾਈਚਾਰਾ ਲਾ ਕੇ ਲੈਣਾ ਸਿੱਧੀਆਂ ਕਰਵਾਈਆਂ ਤਾਂ ਉਸ ਮਸਲੇ ਦੇ ਵਿੱਚ ਨਿਦਾਮਪੁਰ ਦੇ ਕੁਛ ਵਿਅਕਤੀਆਂ ਨੇ ਦੋ ਮੋਟਰਾਂ ਉਹਨਾਂ ਦੀਆਂ ਖੜੀਆਂ ਨੇ ਤਿੰਨ ਸਿਰਫ ਉਹ ਕਹਿੰਦੇ ਵੀ ਸਾਡਾ ਟਰਾਂਸਫਾਰਮ ਧਰਾਓਗੇ ਤਾਂ ਦੋ ਦਿਨ ਲੱਗਣ ਤਿੰਨ ਦਿਨ ਲੱਗਣ ਵੀ ਤਾਂ ਤਾਂ ਲਾਈਨ ਚੱਲਦੀ ਕਰਾਂਗੇ ਨਹੀਂ ਸੀ ਉਦੋਂ ਬਾਅਦ ਪਹਿਲਾਂ ਲਾਈਨ ਨਹੀਂ ਚੱਲਦੀ ਕਰਨੇ ਤੁਹਾਡੇ ਜੈਂਪਰ ਨਹੀਂ ਕੱਟਣ ਦਿੰਦੇ ਮਹਿਕਮੇ ਵਾਲੇ ਸੁਣਦੇ ਆ ਤੁਹਾਡੀ ਗੱਲ ਮਹਿਕਮੇ ਵਾਲੇ ਵੀ ਨਹੀਂ ਸੁਣ ਰਹੇ ਜੀ ਗੱਲ ਸਾਡੀ ਅਸੀਂ ਜੈਂਪਰ ਨਹੀਂ ਤੋੜਨ ਦੇ ਤੇ ਸਾਡੀਆਂ 150-200 ਮੋਟਰ ਚੱਲਣੀਆਂ ਜੀ ਕਿੱਥੇ ਦੋ ਮੋਟਰਾਂ ਪਿੱਛੇ ਸਾਡੇ ਖੜਤ ਪੈ ਗਈ ਜੀ ਸਾਰੇ ਹਾਂਜੀ ਅੱਜ ਇਹ ਸੜਕ ਕਿਉਂ ਰੋਕੀ ਹੈ ਮੈਂ ਰਜਿੰਦਰ ਸਿੰਘ ਸਾਬਕਾ ਸਰਪੰਚ ਮੁਨਸ਼ੀਵਾਲਾ ਜੋ ਕਿ ਕੁਛ ਦਿਨ ਪਹਿਲਾਂ ਹਨੇਰੀ ਆਈ ਸੀ ਉਹਦੇ ਕਾਰਨ ਕਰਕੇ ਬਹੁਤ ਲਾਈਨਾਂ ਖਰਾਬ ਹੋਈਆਂ ਟੁੱਟੀਆਂ ਨੇ ਬਿਜਲੀ ਬੋਰਡ ਦੀਆਂ ਅਸੀਂ ਕੱਲ੍ਹ ਦੇ 30-35 ਬੰਦੇ ਨੇ ਆਪਦੇ ਆ ਲਾਈਨਾਂ ਤਿਆਰ ਕਰਕੇ ਚਾਲੂ ਕਰਵਾ ਰਹੇ ਹਾਂ ਅੱਜ ਲਾਈਨਾਂ ਬਿਲਕੁਲ ਫਿੱਟ ਸੀ ਜਦ ਕਿ ਦੋ ਕੁ ਮੋਟਰਾਂ ਇੱਕ ਸਾਈਡ 'ਤੇ ਹਨ ਉਹਨਾਂ ਨੇ ਅੱਜ ਸੁੱਚ ਆਪਦੇ ਜੈਂਪਰ ਕੱਟ ਕੇ ਸੁੱਚ ਨਹੀਂ ਲਾਉਣ ਦਿੱਤੀ ਜਿਹਦੇ ਕਰਕੇ ਸਾਨੂੰ ਬਿਜਲੀ ਮਹਿਕਮੇ ਨੇ ਵੀ ਸਹਿਯੋਗ ਨਹੀਂ ਦਿੱਤਾ ਹੁਣ ਕਿੰਨਾ ਚਿਰ ਰੋਡ ਜਾਮ ਰੱਖੋਗੇ ਰੋਡ ਜਿੰਨਾ ਚਿਰ ਸਾਡਾ ਮਸਲਾ ਹੱਲ ਨਹੀਂ ਹੁੰਦਾ ਸਾਡੀ ਲਾਈਟ ਨਹੀਂ ਚੱਲਦੀ ਸਾਡੀ ਲਾਈਨਾਂ ਬਿਲਕੁਲ ਕਲੀਅਰ ਨੇ ਸਾਡੀ ਸੁਣਵਾਈ ਨਹੀਂ ਹੁੰਦੀ ਸਾਡੀ ਸੁਣਵਾਈ ਨਹੀਂ ਹੁੰਦੀ ਮਹਿਕਮਾ ਲਾਈਨ ਨਹੀਂ ਚਾਲੂ ਕਰਦਾ ਅਸੀਂ ਉਹਨਾਂ ਚਿਰ ਇਹਨਾਂ ਦੇ ਵਰਖਲਾਫ ਕਰਾਂਗੇ ਜਾਮ ਹਾਂਜੀ ਕਿਸ ਮਸਲੇ ਨੂੰ ਲੈ ਕੇ ਨਾਅਰੇਬਾਜ਼ੀ ਹੋ ਰਹੀ ਆ ਅਤੇ ਰੋਡ ਜਾਮ ਕੀਤਾ ਹੋਇਆ ਜਿਹੜੀ ਕੁਦਰਤ ਨੇ ਕਰੋਪੀ ਪਾਈ ਸੀ ਵੀ ਆਪਾਂ ਨਹੀਂ ਆਪਾਂ ਮੰਨਦੇ ਹਾਂ ਵੀ ਚਲੋ ਕੁਦਰਤ ਐਡਾ ਬੜਾ ਕਹਿਰ ਸੀ ਵੀ ਜਿੰਨੇ ਬਾਲੇ ਟੁੱਟ ਗਏ ਜਾਂ ਕੁਛ ਵੀ ਹੈ ਪਰ ਆਪਾਂ ਇਹ ਕਹਿੰਦੇ ਹਾਂ ਪ੍ਰਸ਼ਾਸਨ ਜਾਂ ਜਿਹੜਾ ਬਿਜਲੀ ਮਹਿਕਮਾ ਉਹ ਸਹੀ ਤਰੀਕੇ ਨਾਲ ਆਪਣਾ ਰੋਲ ਨਹੀਂ ਅਦਾ ਕਰ ਰਿਹਾ ਜਿਹਦੇ ਵਿੱਚ ਜਿਹੜੇ ਸਾਡੇ ਜ਼ਿਮੀਂਦਾਰ ਭਰਾ ਸੀ ਉਹਨਾਂ ਨੇ ਨਾਲ ਲੱਗ ਕੇ ਜਿਹੜੇ ਇਹਨਾਂ ਨੇ ਇੱਕ ਵਟਸਐਪ 'ਤੇ ਵੀ ਪਾਇਆ ਸੀ ਵੀ ਸਾਡਾ ਸਹਿਯੋਗ ਕਰੋ ਲੈਣਾ ਕਲੀਅਰ ਕਰਨ ਵਾਸਤੇ ਜਿੱਥੇ ਸਾਡੇ 30-35 ਬੰਦੇ ਜਾ ਕੇ ਨਾਲ ਆਪ ਲੈਣਾ ਕਲੀਅਰ ਕਰਵਾਈਆਂ ਪਰ ਅੱਜ ਇੱਕ 2-4 ਬੰਦਿਆਂ ਦੇ ਵਾਸਤੇ ਜੇ ਸਾਰੀ ਲਾਈਨ ਅੱਜ 200 ਬੰਦਾ ਜਿਹੜਾ ਮਜ਼ਦੂਰ ਹੈ ਉਹ ਅੱਜ ਤਿਹਾਇਆ ਮਰ ਰਿਹਾ ਜਿਹੜੇ ਡੇਰਿਆਂ 'ਚ ਰਹਿੰਦੇ ਨੇ ਡੰਗਰ ਤਿਹਾਏ ਮਰ ਰਹੇ ਨੇ ਲੋਕ ਤਿਹਾਏ ਮਰ ਰਹੇ ਨੇ ਉਹਨਾਂ ਨੂੰ ਕਰਨ ਵਾਸਤੇ ਪਰ ਉਹਨਾਂ ਨੇ ਉਹ ਪੰਜ ਚਾਰ ਜ਼ਿਮੀਂਦਾਰ ਨੇ ਉਹਨਾਂ ਦੀ ਪੱਖ ਰੱਖੀ ਹੈ ਪਰ ਸਾਡੀ 200 ਬੰਦੇ ਦੀ 200 ਮੋਟਰਾਂ ਨੇ ਜਿੱਥੇ ਚੱਲ ਰਹੀਆਂ ਨੇ ਉਹਨਾਂ ਦੀ ਕੋਈ